ਸਤਿ ਸ਼੍ਰੀ ਅਕਾਲ ਪੰਜਾਬੀਓ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਲੈ ਕੇ ਜਿਹੜਾ ਕਿਸਾਨ ਤੇ ਉਸ ਨੂੰ ਲੈ ਕੇ ਜਿਹੜਾ ਤੁਸੀਂ ਲਗਾਤਾਰ ਦੇਖਦੇ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਅੰਦੋਲਨ ਆ ਜਿਹੜਾ ਲਗਾਤਾਰ ਸੰਘਰਸ਼ ਆਪਣਾ ਜਾਰੀ ਰੱਖ ਰਹੀਆਂ ਨੇ ਤੇ ਕੱਲ੍ਹ ਨੂੰ 1 ਤਰੀਕ ਹੈ ਅਤੇ 1 ਤਰੀਕ ਦੇ ਸੰਬੰਧ 'ਚ ਜਿਹੜੀਆਂ ਕੁਛ ਗੱਲਾਂ ਨੇ ਉਹ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਕਿ 31 ਜਥੇਬੰਦੀਆਂ ਦੇ ਤਾਲਮੇਲ ਦੁਆਰਾ ਇੱਕ ਜਿਹੜਾ ਕੱਲ੍ਹ ਦਾ 1 ਤਰੀਕ ਤੋਂ ਲੈ ਕੇ ਲਗਾਤਾਰ ਰੇਲ ਰੋਕਣ ਦਾ ਜਿਹੜਾ ਪ੍ਰੋਗਰਾਮ ਲੀਕਿਆ ਗਿਆ ਅਤੇ ਇਸ ਤੋਂ ਇਲਾਵਾ ਜਿਹੜਾ ਦੂਜਾ ਉਹਨਾਂ ਦਾ ਸੱਦਾ ਹੈਗਾ ਕਿ ਜਿੰਨੇ ਵੀ ਆਪਣੇ ਕੋਈ ਅਮਾਨੀਆਂ ਦੇ ਅੰਡਾਨੀਆਂ ਦੇ ਜਾਂ ਇਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਜਿਵੇਂ ਇਹਨਾਂ ਦੇ ਪੰਪ ਨੇ ਜਾਂ ਜੀਓ ਦੇ ਸਿਮ ਨੇ ਜਾਂ ਜਿਹੜੀਆਂ ਕੋਈ ਰਿਲਾਇੰਸ ਦੀਆਂ ਮਾਰਕੀਟਾਂ ਨੇ ਜਿੱਥੋਂ ਸਮਾਨ ਮਿਲਦਾ ਤਾਂ ਉਹਦਾ ਪੂਰਨ ਤੌਰ 'ਤੇ ਜਿਹੜਾ ਉਹ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਇਹ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪੋ ਆਪਣੇ ਹਿਸਾਬ ਦੇ ਨਾਲ ਹੀ ਚੱਲੀਏ। ਜਿਵੇਂ ਮੈਂ ਅੱਜ ਸੁਣ ਰਿਹਾ ਸੀ ਕਿ ਰਿਲਾਇੰਸ ਵਾਲਿਆਂ ਨੇ ਕੋਈ ਦਰਖਾਸਤ ਦਿੱਤੀ ਹੈ ਕਿ ਰਿਲਾਇੰਸ ਦੇ ਪੰਪਾਂ ਨੂੰ ਜਿਹੜੀ ਸੁਰੱਖਿਆ ਦਿੱਤੀ ਜਾਵੇ, ਪੁਲਿਸ ਜਿਹੜੀ ਮੁਹੱਈਆ ਕਰਾਈ ਜਾਵੇ, ਤਾਂ ਲੋੜ ਹੀ ਨਹੀਂ ਹੈਗੀ। ਜੇ ਅਸੀਂ ਤੇਲ ਹੀ ਪਵਾਉਣੋਂ ਹਟ ਗਏ, ਅਸੀਂ ਸਮਾਨ ਹੀ ਖਰੀਦਣੋਂ ਹਟ ਗਏ, ਤਾਂ ਇਹਨਾਂ ਨੇ ਆਪੇ ਹੀ ਜਿਹੜਾ ਉਹ ਲਾਈਨ 'ਤੇ ਆ ਜਾਣਾ। ਸੋ ਇਹ ਤੋਂ ਇਲਾਵਾ ਜਿਹੜਾ ਇੱਕ ਹੋਰ ਲਿਖਿਆ ਗਿਆ ਹੈਗਾ ਕੱਲ੍ਹ ਦਾ ਇਹਨਾਂ ਵੱਲੋਂ ਜਥੇਬੰਦੀਆਂ ਵੱਲੋਂ ਕਿ ਜਿਹੜੇ ਆਪਣੇ BJP ਦੇ ਵੀ ਕੋਈ ਵੀ ਬੰਦੇ ਨੇ ਕਿੱਥੇ ਵੀ ਬੈਠੇ ਨੇ, ਸ਼ਹਿਰਾਂ 'ਚ ਬੈਠੇ ਆ, ਕਿਤੇ ਪਿੰਡ 'ਚ ਨੇ, ਜਾਂ ਜੋ ਵੀ ਇਹ ਪ੍ਰਾਪੇਗੰਡਾ ਕਰ ਰਹੇ ਨੇ, ਲੋਕਾਂ ਨੂੰ ਦੱਸ ਰਹੇ ਨੇ ਕਿ ਇਹ ਕਾਨੂੰਨ ਕਿਵੇਂ ਸਹੀ ਨੇ, ਤਾਂ ਇਹਨਾਂ ਦੀ ਘੇਰਾਬੰਦੀ ਦਾ ਰੱਖਿਆ ਗਿਆ, ਇਹਨਾਂ ਨੂੰ ਘਰਾਓ ਦਾ ਰੱਖਿਆ ਗਿਆ। ਅਤੇ ਅਗਲਾ ਜਿਹੜਾ ਰੱਖਿਆ ਗਿਆ ਕਿ ਚੌਥਾ ਪ੍ਰੋਗਰਾਮ ਹੈਗਾ ਕਿ ਉਹ ਇਹ ਆ ਕਿ ਕੱਲ੍ਹ ਨੂੰ ਜਿਹੜੇ 4 ਟੋਲ ਨੇ ਆਜੇ ਬਠਿੰਡੇ ਤੋਂ ਲੈ ਕੇ ਜੀਦਾ ਪੈ ਜਾਂਦਾ। ਜਿਵੇਂ ਆਪਾਂ ਬਠਿੰਡੇ ਤੋਂ ਜਾਂਦੇ ਹਾਂ ਫਰੀਦਕੋਟ ਨੂੰ ਤਾਂ ਜੀਦੇ ਦਾ ਟੋਲ ਪਲਾਜ਼ਾ ਪੈ ਜਾਂਦਾ, ਬਠਿੰਡੇ ਤੋਂ ਆਪਾਂ ਜੀਰਕਪੁਰ ਵੱਲ ਨੂੰ ਜਾਂਦੇ ਹਾਂ ਤਾਂ ਪਹਿਲਾ ਟੋਲ ਪਲਾਜ਼ਾ ਆ ਜਾਂਦਾ ਲਹਿਰੇ ਬੇਗੇ ਵਾਲਾ, ਉੱਚੋ ਵਾਲਾ, ਦੂਜਾ ਆ ਜਾਂਦਾ ਗਾ ਬੜਬਰ ਵਾਲਾ, ਤੀਜਾ ਆ ਜਾਂਦਾ ਗਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਾਲੇ ਝਾੜ ਵਾਲਾ। ਤਾਂ ਇਹਨਾਂ 4 ਟੋਲਾਂ ਨੂੰ ਵੀ ਮਤਲਬ ਕਿ ਬੰਦ ਪਰ ਬਿਨਾਂ ਪਰਚੀ ਜਿਹੜਾ ਲੰਘਾਉਣ ਦਾ ਉਹ ਪ੍ਰੋਗਰਾਮ ਲਿਖਿਆ ਗਿਆ। ਤਾਂ ਇਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਸਮੁੱਚੇ ਪੰਜਾਬੀਆਂ ਨੂੰ, ਵੱਖ ਵੱਖ ਵਰਗਾਂ ਨੂੰ ਕਿ ਸਾਨੂੰ ਹੁਣ ਕੱਲ੍ਹ ਅਸੀਂ ਵੀ ਜਿਹੜੇ ਉੱਥੇ ਕੁਛ ਕਲਾਕਾਰ ਭਰਾ ਵੀ ਸੀਗੇ, ਕੁਛ ਜਿਹੜੀਆਂ ਕਿਸਾਨ ਜਥੇਬੰਦੀਆਂ ਵੀ ਸੀਗੀਆਂ, ਉਹਨਾਂ ਸਾਰਿਆਂ ਨਾਲ ਬੈਠ ਕੇ ਜਿਹੜੀ ਗੱਲਬਾਤ ਆ ਉਹ ਕੱਲ੍ਹ ਇਹੀ ਕੀਤੀ ਹੈ ਕਿ ਜੋ ਪ੍ਰੋਗਰਾਮ ਜਿਹੜੇ ਆ ਕਿਸਾਨ ਜਥੇਬੰਦੀਆਂ ਦੇਣਗੀਆਂ ਤਾਂ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਕੋਈ ਨਾ ਕੋਈ ਅਸੀਂ ਤੁਹਾਡੇ ਨਾਲ ਰਲ ਕੇ ਤੁਰਾਂਗੇ। ਕੋਈ ਵੱਖਰਾ ਜਿਹੜਾ ਪ੍ਰੋਗਰਾਮ, ਕੋਈ ਬਰਾਬਰ ਉਹਦੇ ਪ੍ਰੋਗਰਾਮ ਜਿਹੜਾ ਦੇਣ ਦਾ ਇਹ ਹੈਗਾ ਕਿ ਕੋਈ ਬੰਦਾ ਉਹਦੇ ਬਰਾਬਰ ਪ੍ਰੋਗਰਾਮ ਨਾ ਦੇਵੇ। ਤਾਂ ਇੱਕ ਤਾਂ ਇਹ ਹੈਗਾ ਕਿ ਸਾਨੂੰ ਜਿਵੇਂ ਕੱਲ੍ਹ ਨੂੰ ਆਪਾਂ ਦੇਖ ਰਹੇ ਹਾਂ ਕਿ ਅਕਾਲੀ ਦਲ ਵੀ ਬਰਾਬਰ ਇੱਕ ਰੈਲੀ ਰੱਖੀ ਬੈਠੇ ਹੈ ਇੱਥੋਂ ਵੱਖ ਵੱਖ ਥਾਵਾਂ ਤੋਂ ਪੰਜਾਬ ਦੇ ਵਿੱਚ, ਮਤਲਬ ਚੰਡੀਗੜ੍ਹ ਤੱਕ ਜਾਂ ਮੋਹਾਲੀ ਤੱਕ ਦਾ ਇਹਨਾਂ ਰੱਖਿਆ। ਤਾਂ ਯਾਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਲੋਕਾਂ ਨੂੰ ਘੇਰ ਕੇ ਤੁਸੀਂ ਸਵਾਲ ਜ਼ਰੂਰ ਪੁੱਛਿਓ ਕਿ ਯਾਰ ਤੁਸੀਂ ਕਹਿੰਦੇ ਅਸੀਂ ਕਿਸਾਨਾਂ ਨੂੰ ਬਚਾਉਣਾ ਚਾਹੁੰਦੇ ਹਾਂ, ਅਸੀਂ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਫਿਰ ਤੁਸੀਂ ਇਸ ਤਰ੍ਹਾਂ ਘੋਲ ਨੂੰ ਕਮਜ਼ੋਰ ਕਰਨ ਦੇ ਲਈ, ਉਹਨੂੰ ਤਾਰ ਪਿੰਡੋ ਕਰਨ ਦੇ ਲਈ ਜਿਹੜਾ ਹੈਗਾ, ਤਾਂ ਉਹਦੇ ਲਈ ਤੁਸੀਂ ਇਹ ਇਸ ਤਰ੍ਹਾਂ ਬਰਾਬਰ ਪ੍ਰੋਗਰਾਮ ਰੱਖ ਦਿੰਦੇ ਹੋ, ਕਿਉਂਕਿ ਉੱਧਰੋਂ ਤੁਹਾਨੂੰ ਪਤਾ ਕਿ ਕਿਸਾਨਾਂ ਦਾ ਰੱਖਿਆ ਹੋਇਆ, ਕਿਸਾਨਾਂ ਨੇ ਵੱਖ ਵੱਖ ਥਾਵਾਂ 'ਤੇ ਬੈਠਣਾ, ਕਿਸੇ ਨੇ ਰੇਲਾਂ ਦੇ ਇਹਨਾਂ ਲੀਡਰਾਂ ਦਾ ਘਰਾਓ ਕਰਨਾ, ਕਿਸੇ ਨੇ ਪੰਪਾਂ ਵੱਲ ਨੂੰ ਵਧਣਾ, ਕਿਸੇ ਨੇ ਰਿਲਾਇੰਸ ਦੀਆਂ ਮਾਰਕੀਟਾਂ ਵੱਲ ਨੂੰ ਜਾਣਾ, ਕਿਸੇ ਨੇ ਟੋਲਾਂ 'ਤੇ ਆਉਣਾ, ਤਾਂ ਬਰਾਬਰ ਤੁਸੀਂ ਜਿਹੜਾ ਪ੍ਰੋਗਰਾਮ ਰੱਖਤਾ। ਤਾਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਲੋਕਾਂ ਨੂੰ ਤੁਸੀਂ
ਇਹਨਾਂ ਲੀਡਰਾਂ ਨੂੰ ਵੀ ਘੇਰ ਕੇ ਸਵਾਲ ਪੁੱਛੋ ਕਿ ਯਾਰ ਤੁਸੀਂ ਕਿਉਂ ਤਾਰ ਪਿੰਡੋ ਕਰ ਰਹੇ ਆ, ਜਾਂ ਜਿਹੜੇ ਇਹਨਾਂ ਦੇ ਪਿੰਡ ਦੇ ਵਿੱਚ ਜਿਨ੍ਹਾਂ ਨੂੰ ਹਲੇ ਵੀ ਇਹਨਾਂ ਦੇ ਜਿਹੜੇ ਪਿਛਲੱਗ ਬਣੇ ਹੋਏ ਨੇ, ਹਲੇ ਵੀ ਇਹਨਾਂ ਦੇ ਮਗਰ ਇਹਨਾਂ ਦੀ ਜਿੰਦਾਬਾਦ ਜਿੰਦਾਬਾਦ ਕਰਨ ਵਾਲੇ ਲੋਕ ਨੇ, ਹਲੇ ਵੀ ਇਹਨਾਂ ਦੀ ਖਾਤਰ ਤੁਸੀਂ ਦੇਖ ਲਓ ਕੱਲ੍ਹ ਨੂੰ ਪਿੰਡਾਂ ਵੀ ਫਿਰਦੇ ਨੇ, ਅੱਜ ਹੀ ਕਹਿੰਦੇ ਫਿਰਦੇ ਨੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਿ ਯਾਰ ਕੱਲ੍ਹ ਨੂੰ ਆਪਾਂ ਰੈਲੀ 'ਤੇ ਜਾਣਾ, ਰੈਲੀ 'ਤੇ ਜਾਣਾ। ਉਹਨਾਂ ਲੋਕਾਂ ਨੂੰ ਵੀ ਤੁਸੀਂ ਘੇਰ ਕੇ ਸਵਾਲ ਪੁੱਛਿਆ ਕਰੋ ਕਿ ਯਾਰ ਤੁਸੀਂ ਸਾਨੂੰ ਕਿਹਦੇ ਮਗਰ ਲਿਜਾ ਰਹੇ ਹੋ, ਕਿੰਨਾ ਲੋਕਾਂ ਮਗਰ ਸਾਨੂੰ ਰੈਲੀ 'ਤੇ ਲਿਜਾ ਰਹੇ ਹੋ, ਜਿੰਨਾ ਲੋਕਾਂ ਨੇ ਖੁਦ ਪਹਿਲਾਂ ਆਰਡੀਨੈਂਸ ਦੇ ਉੱਤੇ ਦਸਖਤ ਕੀਤੇ, ਪਹਿਲਾਂ ਉਹਦੀ ਹਮਾਇਤ ਕੀਤੀ, ਜਦੋਂ ਵਿਰੋਧ ਹੋਇਆ ਸ਼ੁਰੂ ਪੰਜਾਬ ਦੇ ਵਿੱਚੋਂ, ਤਾਂ ਉਦੋਂ ਤੁਸੀਂ ਮਤਲਬ ਕਿ ਆਪਣਾ ਤੁਹਾਨੂੰ ਲੱਗਿਆ ਕਿ ਹੁਣ ਆਪਣਾ ਸਿਆਸੀ ਜਿਹੜਾ ਜ਼ਮੀਨ ਉਹ ਖਿਸਕਣ ਲੱਗ ਗਈ, ਅਤੇ ਹੁਣ ਤੁਸੀਂ ਇੱਧਰ ਨੂੰ ਲੋਕਾਂ ਬੰਨੀ ਆ ਗਏ, ਕਹਿੰਦੇ ਜੀ ਅਸੀਂ ਆਪਣਾ ਅਸਤੀਫਾ ਵੀ ਦੇ ਤਾ ਅਤੇ ਅਸੀਂ NDA ਵੀ ਛੱਡਤਾ। ਪਿੰਡ ਪਿੰਡ ਜੇ ਆਪਾਂ ਤੁਹਾਨੂੰ ਲੱਗਦਾ ਕਿ ਸੁਖਬੀਰ ਤੱਕ ਜਾਂ ਕੈਪਟਨਾਂ ਤੱਕ ਅਸੀਂ ਨਹੀਂ ਪਹੁੰਚ ਸਕਦੇ, ਤਾਂ ਪਿੰਡ ਪਿੰਡ ਜਿਹੜੇ ਇਹਨਾਂ ਦੇ ਵਰਕਰ ਨੇ, ਇਹਨਾਂ ਦੇ ਲੱਗੇ ਹੋਏ ਚਾਪੜੂਸ ਲੋਕ ਨੇ, ਉਹਨਾਂ ਨੂੰ ਜ਼ਰੂਰ ਇਹ ਘੇਰ ਕੇ ਤੁਸੀਂ ਸਵਾਲ ਪੁੱਛੋ, ਉਹਨਾਂ ਨੂੰ ਤੁਹਾਡੇ ਘਰੇ ਆਉਂਦੇ ਨੇ ਕਹਿਣ। ਜਾਂ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਖਿਲਾਫ਼ ਵੀ ਇੱਕ ਮਤਾ ਪਾਇਆ ਜਾਵੇ ਕਿ ਇਹਨਾਂ ਦੇ ਪੱਖ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਹੈਗੀਆਂ, ਇਹਨਾਂ ਦੇ ਪੱਖ ਦੇ ਵਿੱਚ ਗੁਰਦੁਆਰਿਆਂ ਦੇ ਵਿੱਚੋਂ ਕੋਈ ਵੀ ਅਨਾਊਂਸਮੈਂਟਾਂ, ਕੋਈ ਵੀ ਹੋਕੇ, ਕੋਈ ਵੀ ਬੇਨਤੀਆਂ ਨਾ ਕੀਤੀਆਂ ਜਾਣ। ਇਹ ਵੀ ਇੱਕ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੀਆਂ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ, ਉਹਨਾਂ ਨੂੰ ਮਤਾ ਪਾਉਣ ਦੀ ਲੋੜ ਹੈ, ਕਿਉਂਕਿ ਅੱਜ ਇਹਨਾਂ ਨੂੰ ਇਹਨਾਂ ਨਾਲ ਨਖੇੜਾ ਕਰਨ ਦੀ ਲੋੜ ਹੈਗੀ। ਅਤੇ ਉਹਨਾਂ ਉਹ ਵੀ ਮੇਰੇ ਭਰਾ ਨੇ ਯਾਰ ਜਿਹੜੇ ਅਕਾਲੀ ਜੀ ਕਾਂਗਰਸੀ ਵਰਕਰ ਨੇ, ਇਹਨਾਂ ਤੁਰੇ ਫਿਰਦੇ, ਤੁਸੀਂ ਯਾਰ ਆਪਣੀ ਅਕਲ ਨੂੰ ਹੱਥ ਮਾਰੋ ਯਾਰ, ਕਿ ਉਹ ਤੁਹਾਡਾ ਵੀ ਸਾਰਾ ਕੁਛ ਇਹਨਾਂ ਨੇ ਤਬਾਹ ਕਰਨਾ, ਤੁਹਾਡੀਆਂ ਕਿਹੜਾ ਫਿਰ ਜ਼ਮੀਨਾਂ ਬਚ ਜਾਣਗੀਆਂ, ਜਾਂ ਤੁਹਾਨੂੰ ਕੋਈ ਲਹਿਦਾ ਮੁੱਲ ਦੇ ਦੂਗਾ ਵੀ ਤੁਸੀਂ ਤਾਂ ਭਾਈ ਬਾਦਲ ਨਾਲ ਹੋ ਜਾਂ ਕੈਪਟਨ ਦੇ ਨਾਲ ਹੋ। ਤਾਂ ਇਹ ਗੱਲ ਦਾ ਮੇਰਾ ਵੀਰ ਖਾਸ ਖਿਆਲ ਰੱਖੇ। ਹੁਣ ਅੱਜ ਜਿਵੇਂ ਮੈਂ ਸਿਕੰਦਰ ਸਿੰਘ ਮਲੂਕੇ ਨੂੰ ਸੁਣ ਰਿਹਾ ਸੀਗਾ, ਮਲੂਕਾ ਕਹਿ ਰਹੇ ਨੇ ਕਿ ਜੀ ਦੇਖੋ ਜੀ ਆਪਾਂ ਨੂੰ ਹੁਣ ਕਿਸਾਨਾਂ ਨੂੰ ਨਹੀਂ ਮਰਵਾਉਣਾ ਚਾਹੀਦਾ, ਹੁਣ ਆਪਾਂ ਨੂੰ ਅੱਗੇ ਲੱਗਣਾ ਚਾਹੀਦਾ, ਹੁਣ ਲੀਡਰਾਂ ਨੂੰ ਅੱਗੇ ਤੁਰਨਾ ਚਾਹੀਦਾ। ਤਾਂ ਮਲੂਕਾ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇੱਕ ਪਾਸੇ ਕਿਸਾਨ ਆਪਣਾ ਪ੍ਰੋਗਰਾਮ ਦਿੰਦੇ ਆ, ਦੂਜੇ ਪਾਸੇ ਨਾਲ ਹੀ ਤੁਸੀਂ ਦੇ ਦਿੰਦੇ ਆ, ਜੇ 25 ਨੂੰ ਕਿਸਾਨਾਂ ਨੇ ਜਾਮ ਦਾ ਦਿੱਤਾ ਪੂਰੇ ਪੰਜਾਬ ਦੇ ਵਿੱਚ, ਤਾਂ ਤੁਸੀਂ ਆਪਣਾ ਬਰਾਬਰ ਰੱਖ ਲਿਆ ਕਿ ਅਸੀਂ ਚੱਕਾ ਜਾਮ ਕਰਾਂਗੇ। ਜੇ ਅੱਜ 1 ਤਰੀਕ ਨੂੰ ਕਿਸਾਨਾਂ ਨੇ ਨਵੇਂ ਪ੍ਰੋਗਰਾਮ ਦਿੱਤੇ ਆ, ਤੁਸੀਂ ਕਹਿੰਦੇ ਜੀ ਅਸੀਂ ਇੱਥੋਂ ਰੈਲੀ ਕੱਢਾਂਗੇ, ਗੱਡੀਆਂ ਲੈ ਕੇ ਜਾਵਾਂਗੇ ਆਪਣੇ ਚੰਡੀਗੜ੍ਹ ਵੱਲ ਨੂੰ। ਸਰ ਮੇਰਾ ਵੀਰ ਇਹਨਾਂ ਨੂੰ ਤੁਸੀਂ ਹੁਣ ਸਮਝੋ ਇਹ ਕਹਾਣੀ ਨੂੰ ਕਿ ਕਿਵੇਂ ਇਹ ਸੰਘਰਸ਼ ਨੂੰ ਜਿਹੜਾ ਤਾਰ ਪਿੰਡੋ ਕਰਕੇ ਕਮਜ਼ੋਰ ਕਰਕੇ ਕਿਵੇਂ ਇਹ ਆਪਦੇ ਪੱਖ ਦੇ ਵਿੱਚ ਲੱਗੇ ਹੋਏ ਨੇ ਭੁਗਤਾਉਣ ਦੇ ਲਈ ਲੋਕਾਂ ਨੂੰ। ਅਤੇ ਅਗਲੀ ਗੱਲ ਮੈਂ ਹੋਰ ਜਿਹੜੀ ਖਾਸ ਗੱਲ ਕਹਿਣੀ ਚਾਹੁੰਦਾ ਕਿ ਯਾਰ ਇੱਕ ਗੱਲ ਦਾ ਹੋਰ ਖਿਆਲ ਰੱਖਿਆ ਜਾਵੇ, ਹੁੱਲੜਬਾਜ਼ੀ ਤੋਂ ਜਿਹੜੀ ਪਰਹੇਜ਼ ਜ਼ਰੂਰ ਕਰਿਓ। ਕੱਲ੍ਹ ਨੂੰ ਕਈ ਵਾਰੀ ਐਂ ਹੁੰਦਾ ਟੋਲਾਂ ਦੇ ਉੱਤੇ ਜਦੋਂ ਕੋਈ ਨੌਜਵਾਨ ਮੁੰਡੇ ਵੀ ਜਾਂ ਕਈ ਵਾਰੀ ਐਵੇਂ ਹੁੱਲੜਬਾਜ਼ੀ ਦੇ ਵਿੱਚ ਆਪਾਂ ਕਿ ਟੋਲ ਨੂੰ ਤੋੜ ਦੇਈਏ ਜਾਂ ਡੰਡਾ ਜਾਂ ਤੋੜ ਦੇਈਏ ਜਾਂ ਕਠੋਰ ਕਰ ਦਈਏ, ਤਾਂ ਉਹਦੇ ਲਈ ਇੱਕ ਸੁਨੇਹਾ ਫਿਰ ਇਹ ਜਾਣਾ ਕਿ ਨਹੀਂ ਜੀ ਦੇਖੋ ਇਹਦਾ ਹੁੱਲੜਬਾਜ਼ ਨੇ ਨਾ ਤਮਾਸ਼ਬੀਨ ਨੇ, ਹੈ ਨਾ। ਤਾਂ ਜਾਬਤੇ ਦੇ ਵਿੱਚ ਰਹਿ ਕੇ ਜਿਹੜੀ ਇਹ ਗੱਲਬਾਤ ਆਪਾਂ ਸਾਰੀ ਕਰਨੀ ਆ, ਆਪਾਂ ਇਹ ਨਾ ਕਿਤੇ ਲੇਵਲ ਲਵਾ ਲਈਏ, ਕਿਤੇ ਦਾਗ ਲਵਾ ਲਈਏ ਕਿ ਨਹੀਂ ਯਾਰ ਇਹ ਤਾਂ ਤਮਾਸ਼ਬੀਨ ਹੀ ਇਕੱਠੇ ਹੋਏ ਨੇ, ਜਾਂ ਇਹਨਾਂ ਦਾ ਹੁੱਲੜਬਾਜ਼ੀ ਕਰਨੀ ਹੁੰਦੀ ਆ, ਹੈ ਨਾ। ਤਾਂ ਇੱਕ ਜਾਬਤੇ ਦੇ ਵਿੱਚ ਰਹਿ ਕੇ ਜਿਹੜਾ ਆਪਾਂ ਲੜਾਈ ਲੰਮੀ ਹੈ, ਲੰਬੀ ਲੜਾਈ ਹੈ, ਅਤੇ ਲੜਾਈ ਬੜੇ ਅਨੁਸ਼ਾਸਨ 'ਚ ਰਹਿ ਕੇ ਜੋਸ਼ ਦੇ ਨਾਲ ਹੋਸ਼ ਨੂੰ ਵਰਤ ਕੇ ਆਪਾਂ ਜਿੱਤ ਸਕਦੇ ਹਾਂ। ਅਤੇ ਬਾਕੀ ਵਿੱਚ ਵੀਰ ਲਿਖਦੇ ਨੇ ਕਿ ਬਾਈ ਦਿੱਲੀ ਵੱਲ ਨੂੰ ਜਾਏ ਬਿਨਾਂ ਹੱਲ ਨਹੀਂ ਹੋਣਾ। ਮੈਂ ਤਾਂ ਆਪ ਵੀਰੇ ਇਹ ਗੱਲ ਨਾਲ ਤੁਹਾਡੇ ਨਾਲ ਬਿਲਕੁਲ 100% ਸਹਿਮਤ ਹੈ ਕਿ ਦਿੱਲੀ ਵੱਲ ਸਾਡਾ ਹੱਲ ਨਹੀਂ ਹੋਣਾ, ਅਤੇ ਦਿੱਲੀ ਵੱਲ ਸਾਨੂੰ ਜਾਣਾ ਹੀ ਪੈਣਾ। ਉਹ ਕੋਈ ਗੱਲ ਨਹੀਂ, ਜਿਵੇਂ ਜਿਵੇਂ ਅਸੀਂ ਜਥੇਬੰਦੀਆਂ ਨੂੰ ਕਿਹਾ ਵੀ ਜਿਵੇਂ ਜਿਵੇਂ ਤੁਸੀਂ ਰਣਨੀਤੀ ਲੀਕਦੇ ਜਾਓਗੇ, ਜਿਵੇਂ ਜਿਵੇਂ ਸਾਡੀ ਤਾਕਤ ਇਕੱਠੀ ਹੁੰਦੀ ਜਾਊਗੀ ਪੰਜਾਬ 'ਚੋਂ, ਉਵੇਂ ਦਿੱਲੀ ਵੱਲ ਵੀ ਵਧਿਆ ਜਾਊਗਾ, ਸ਼ੰਭੂ ਵੱਲ ਨੂੰ ਵੀ ਵਧਿਆ ਜਾਊਗਾ। ਅਗਲੀ ਗੱਲ ਮੈਂ ਇੱਕ ਹੋਰ ਜਿਹੜੀ ਕਹਿਣੀ ਚਾਹੁੰਦਾ ਕਿ ਹਾਲੇ ਤੱਕ ਅਸੀਂ ਇਸ ਗੱਲ ਨੂੰ ਜਿਹੜਾ ਸਾਡਾ ਗਰੀਬ ਭਾਈਚਾਰਾ, ਸਾਡੇ ਮਜ਼ਦੂਰ ਵਰਗ ਹੈ, ਉਹਨਾਂ ਦੇ ਵਿੱਚ ਪਹੁੰਚਾਉਣ ਤੱਕ ਕਾਮਯਾਬ ਨਹੀਂ ਰਹੇ। ਉਹਨਾਂ ਤੱਕ ਅਸੀਂ ਹਲੇ ਗੱਲ ਨਹੀਂ ਪਹੁੰਚਾ ਸਕੇ ਕਿ ਯਾਰ ਇਹ ਮਸਲਾ ਇਕੱਲੇ ਕਿਸਾਨਾਂ ਦਾ ਨਹੀਂ ਹੈਗਾ, ਇਹ ਮਸਲਾ ਸਾਰਿਆਂ ਦਾ ਹੀ ਹੈਗਾ। ਇਹਤੋਂ ਇਹਦੀ ਮਾਰ ਇਕੱਲੇ ਕਿਸਾਨੀ 'ਤੇ ਨਹੀਂ ਪੈਣੀ, ਇਹਦੀ ਮਾਰ ਮਜ਼ਦੂਰਾਂ 'ਤੇ ਵੀ ਪੈਣੀ ਹੈ, ਇਹਦੀ ਜਿਹੜੀ ਮਾਰ ਆ ਉਹ ਆਮ ਜਿਹੜੇ ਛੋਟੇ ਦੇ ਕੋਈ ਵਪਾਰੀ ਨੇ, ਕੋਈ ਆੜਤਕੇ ਨੇ, ਕੋਈ ਰੇਹੜੀਆਂ ਵਾਲੇ ਨੇ, ਹਰ ਬੰਦੇ 'ਤੇ ਇਹਦੀ ਮਾਰ ਪੈਣੀ ਹੈ। ਜਿੱਥੇ ਕਦੇ ਵੀ ਤੁਸੀਂ ਕਿਸੇ ਪਿੰਡ 'ਚ ਰਹਿੰਦੇ ਹੋ, ਕਿਸੇ ਮੁਹੱਲੇ 'ਚ ਰਹਿੰਦੇ ਹੋ, ਜਿੱਥੇ ਕਦੇ ਤੁਸੀਂ 4 ਬੰਦਿਆਂ ਨਾਲ ਕਿਤੇ ਗੱਲਬਾਤ ਕਰਦੇ ਹੋ, ਤਾਂ ਉੱਥੇ ਤੁਸੀਂ
ਦੀ ਕੋਸ਼ਿਸ਼ ਕਰੋ, ਦਲਿਤ ਵਰਗ ਦੇ ਲੋਕਾਂ ਨੂੰ, ਗਰੀਬ ਮਜ਼ਦੂਰਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰੋ, ਜਿਹੜੇ ਦੁਕਾਨਾਂ ਵਾਲੇ ਨੇ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਯਾਰ ਇਹ ਮਸਲਾ ਇਕੱਲੀ ਕਿਸਾਨੀ ਨਾਲ ਨਹੀਂ ਜੁੜਿਆ ਹੋਇਆ। ਜੇ ਕਿਸਾਨੀ ਮਰੂਗੀ ਪੰਜਾਬ ਦੀ, ਕਿਸਾਨੀ ਦੇ ਨਾਲ ਹਰ ਵਰਗ ਨੇ ਪੀੜਿਤ ਹੋਣਾ। ਇੱਕ ਮੈਂ ਉਹਨਾਂ ਸੱਜਣਾਂ ਨੂੰ ਵੀ ਥੋੜ੍ਹੀ ਤਾੜਨਾ ਕਰਨੀ ਚਾਹੁੰਦਾ ਜਿਹੜੇ ਹੁਣ ਇਸ ਨੂੰ ਇੱਕ ਇਸ ਗੱਲ ਦੇ ਉੱਤੇ ਵੀ ਇਹ ਬਖੇੜਾ ਖੜਾ ਕਰ ਰਹੇ ਨੇ ਜਾਂ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯਾਰ ਦੇਖੋ ਅੱਜ ਤੁਸੀਂ ਕਹਿੰਦੇ ਹੋ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ, ਅਤੇ ਜਦੋਂ ਪੰਚਾਇਤਾਂ ਨੇ ਮਤੇ ਪਾਤੇ ਸੀਗੇ ਆਪਣੇ ਪਿੱਛੇ ਝੋਨੇ ਦੀ ਲਵਾਈ ਵੇਲੇ ਉਦੋਂ ਤੁਸੀਂ ਕਿੱਥੇ ਸੀ? ਤਾਂ ਉਦੋਂ ਵੀਰ ਮੈਂ ਵੀ ਉਸ ਗੱਲ 'ਤੇ ਬੋਲਿਆ ਸੀ ਅਤੇ ਮੈਂ ਅੱਜ ਵੀ ਉਹਨੂੰ ਮੈਂ ਕਹਿੰਦਾ ਇਸ ਗੱਲ ਨੂੰ ਅਸੀਂ ਨਿੰਦਿਆ ਕਰਦੇ ਹਾਂ ਇਸ ਗੱਲ ਦੀ ਕਿ ਉਸ ਸਮੇਂ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੇ ਨਹੀਂ ਕੁਛ ਕਿਹਾ ਸੀ, ਕੁਛ ਚੰਦ ਪਿੰਡਾਂ ਦੀਆਂ ਪੰਚਾਇਤਾਂ ਦੁਆਰਾ ਮਤੇ ਪਾਏ ਗਏ ਸੀਗੇ, ਉਹ ਬਹੁਤ ਗਲਤ ਸੀ। ਮੈਂ ਉਸ ਸਮੇਂ ਵੀ ਉਹਦੇ ਖਿਲਾਫ਼ ਬੋਲਿਆ ਸੀ। ਪਰ ਇਸ ਮਸਲੇ ਦੇ ਉੱਤੇ ਤੁਸੀਂ ਆ ਕੇ ਇਸ ਲੋਟ ਲੋਕਾਂ ਨੂੰ ਭੜਕਾ ਰਹੇ ਹੋ ਕਿ ਨਹੀਂ ਜੀ ਹੁਣ ਆਪਾਂ ਨੂੰ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ, ਹੁਣ ਇਹ ਆਪਣਾ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਦੇ ਆ। ਤਾਂ ਨਹੀਂ, ਇਹ ਗੱਲ ਕਿਸੇ ਇੱਕ, ਮੈਂ ਫਿਰ ਕਹਿੰਦਾ ਮਸਲਾ ਕਿਸੇ ਇੱਕ ਦਾ ਨਹੀਂ ਹੈਗਾ, ਇਹ ਮਾਰ ਕਿਸੇ ਇੱਕ ਨੂੰ ਨਹੀਂ ਪੈਣੀ। ਭੁੱਲ ਜਾਓ ਵੀ ਇਕੱਲੇ ਕਿਸਾਨਾਂ ਨੂੰ ਮਾਰ ਪੈਣੀ, ਸਾਰਿਆਂ ਨੂੰ ਮਾਰ ਪੈਣੀ। ਤਾਂ ਵਿੱਚ ਕੋਈ ਚੰਦ ਬੰਦੇ ਇਹੋ ਜਿਹੇ ਵੀ ਹੈਗੇ ਜਿਹੜੇ ਇਸ ਤਰ੍ਹਾਂ ਦਾ ਪ੍ਰਾਪੇਗੰਡਾ ਕਰਕੇ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਪਾਈ ਜਾਂਦੇ ਨੇ, ਪੋਸਟਾਂ ਪਾਸਟਾਂ ਪਾਈ ਜਾਂਦੇ ਨੇ। ਤਾਂ ਉਹ ਤੋਂ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਆ। ਹੁਣ ਤਾਂ ਇੱਕ ਹੋਣ ਦੀ ਲੋੜ, ਇੱਕ ਹੋ ਜਾਓਗੇ ਵੱਜ ਜਾਓਗੇ, ਅੱਡੋ ਫਾਟੀ ਰਹੇ ਤਾਂ ਕਿਸੇ ਦੇ ਪੱਲੇ ਕੱਖ ਨਹੀਂ ਰਹਿਣਾ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਸਾਰੇ। ਕੱਲ੍ਹ ਨੂੰ ਵੱਧ ਤੋਂ ਵੱਧ ਜਿੱਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਕੱਲ੍ਹ ਨੂੰ ਕਿਸਾਨਾਂ ਦੇ ਸਹਿਯੋਗ ਦੇ ਵਿੱਚ, ਜਥੇਬੰਦੀਆਂ ਦੇ ਸਹਿਯੋਗ ਦੇ ਵਿੱਚ ਆ ਸਕਦੇ ਹੋ, ਵੱਡੀ ਗਿਣਤੀ 'ਚ ਆਓ, ਜਾਬਤੇ 'ਚ ਰਹਿ ਕੇ ਆਇਓ, ਅਨੁਸ਼ਾਸਨ 'ਚ ਰਹਿ ਕੇ ਆਇਓ, ਇੱਕ ਇਸ ਗੱਲ ਦਾ ਸਬੂਤ ਦੇ ਦਿਓ ਕਿ ਹਾਂ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਸੰਜੀਦਾ ਨੇ, ਸ਼ਹਿਰਦ ਨੇ, ਉਹ ਇਕੱਲੇ ਹਾਹ ਹੂ ਅਹੀ ਵਾਲੇ ਨਹੀਂ ਹੈਗੇ। ਉਹ ਉਹਨਾਂ ਦੇ ਵਿੱਚ ਵੀ ਕੁਛ ਨਾ ਕੁਛ ਉਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਇਹ ਲੜਾਈ ਜਿੱਤਾਂਗੇ, ਅਤੇ ਲੜਾਈ ਇਹ ਗੱਲ ਜਿੱਤੂਗਾ ਹੀ ਪੰਜਾਬ। ਇਹ ਇਹ ਵਹਿਮ ਕੱਢ ਦਿਓ ਬਾਹਲੇ ਬੰਦੇ ਕਹਿੰਦੇ ਭਾਈ ਹੁਣ ਤਾਂ ਕਾਨੂੰਨ ਬਣ ਗਿਆ ਹੁਣ ਕੀ ਹੋ ਜੂਗਾ। ਨਹੀਂ ਤਾਂ ਕਾਨੂੰਨ ਬਣ ਗਿਆ ਠੀਕ ਹੈ, ਕਾਨੂੰਨ ਬਣਦੇ ਨੇ ਬਥੇਰੇ, ਕਾਨੂੰਨ ਟੁੱਟਦੇ ਵੀ ਬਥੇਰੇ ਨੇ, ਕਾਨੂੰਨਾਂ 'ਚ ਬਥੇਰੀਆਂ ਸੋਧਾਂ ਹੋ ਜਾਂਦੀਆਂ ਨੇ, ਬਥੇਰੀਆਂ ਵੱਡੀਆਂ ਵੱਡੀਆਂ ਸਰਕਾਰਾਂ ਇੱਥੇ ਪਿੱਛੇ ਹਟ ਜਾਂਦੀਆਂ ਨੇ, ਵੱਡੇ ਵੱਡੇ ਕਾਨੂੰਨ ਉਹਨਾਂ ਨੂੰ ਵਾਪਸ ਲੈਣੇ ਪੈ ਜਾਂਦੇ ਨੇ। ਤਾਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਯਾਰ ਇਹੋ ਜਿਹੀ ਗੱਲ ਦਾ ਨਿਰਾਸ਼ ਤਾਂ ਨਾ ਲੈ ਕੇ ਆ ਕਰ, ਹੁਣ ਤਾਂ ਆਹ ਹੋ ਗਿਆ ਹੁਣ ਕਿਵੇਂ ਹੋਜੂ, ਹੁਣ ਤਾਂ ਰਾਸ਼ਟਰਪਤੀ ਨੇ ਦਸਤਖਤ ਕਰਤੇ ਹੁਣ ਕਿਵੇਂ ਹੋਜੂ। ਨਹੀਂ ਤਾਂ ਵੱਡੀਆਂ ਵੱਡੀਆਂ ਤਾਕਤਾਂ 'ਤੇ ਪਿੱਛੇ ਹਟੀਆਂ। ਸੋ ਆਓ ਆਪਾਂ ਇੱਕਜੁੱਟਤਾ ਦਾ ਸਬੂਤ ਦਿੰਦੇ ਹੋਏ ਸਾਰੇ ਕੱਲ੍ਹ ਨੂੰ, ਕੱਲ੍ਹ ਤੋਂ ਲੈ ਕੇ ਜਦੋਂ ਵੀ ਕੋਈ ਸੱਦਾ ਤੁਹਾਨੂੰ ਕਿਸੇ ਪ੍ਰਕਾਰ ਦਾ ਆਉਂਦਾ ਤਾਂ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਸਾਥ ਦੇਈਏ। ਵਾਹਿਗੁਰੂ ਜੀ ਕਾ ਖਾਲਸਾ।